ਤੁਸੀਂ ਜਾ ਕੇ ਦੇਖੋ ਜੀ, ਸਵੇਰੇ ਤੋਂ ਲੈ ਕੇ ਸ਼ਾਮ ਤੱਕ ਨਸ਼ਾ ਵਿਕਦਾ, ਖੁੱਲ੍ਹਾ ਨਸ਼ਾ ਵਿਕਦਾ ਹੈ। ਜਿਹੜੇ ਸਾਡੇ ਮਾਨਸਾ ਦਾ ਸਭ ਤੋਂ ਵੱਡਾ ਡਰੱਗ ਮਾਫੀ ਆ, ਉਹਦੇ ਇਕੱਲੇ ਦੇ 14 ਲਾਇਸੈਂਸ ਨੇ। ਇਹ ਸ਼ਰੇਆਮ ਵਿਕ ਰਹੇ ਹੈ। ਐਕਚੁਅਲੀ ਕੀ ਆ, ਇਹਨਾਂ ਦੇ ਮਹੀਨੇ ਬੰਨੇ ਹੋਏ ਨੇ ਜੀ, ਜਿਹੜੇ ਇਹ ਲੋਕ ਨੇ, ਇਹਨਾਂ ਦੀਆਂ ਵੱਡੀ ਵੱਡੀ ਜਿਹੜੀ ਮੈਨੂਫੈਕਚਰਿੰਗ ਕੰਪਨੀਆਂ ਨੇ। ਇਹ ਸਾਡੇ ਮਾਨਸਾ 'ਚ 16 ਦੁਕਾਨਾਂ ਨਵੀਆਂ ਖੁੱਲ੍ਹੀਆਂ ਨੇ। ਬੰਦੇ ਨੇ ਗੱਲ ਕਹਿੰਦੀ ਵੀ ਮੈਂ ਤਾਂ ਵੇਚੂੰਗਾ, ਜੋ ਮਰਜ਼ੀ ਕਰ ਲਓ। ਇਸ ਤੋਂ ਵੱਡਾ ਐਵੀਡੈਂਸ ਪੁਲਿਸ ਨੂੰ ਹੋਰ ਕੀ ਚਾਹੀਦਾ ਸੀ? ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਮਾਨਸਾ ਦੇ ਵਿੱਚ ਇੱਕ ਜਿਹੜਾ ਮੁੱਦਾ ਹੈਗਾ ਨਸ਼ੇ ਨੂੰ ਲੈ ਕੇ, ਉਹ ਕਾਫੀ ਗਹਿਰਾਇਆ ਹੋਇਆਗਾ, ਤੇ ਇੱਕ ਪਰਮਿੰਦਰ ਸਿੰਘ ਝੋਟਾ ਜਿਹੜਾ ਇੱਥੋਂ, ਜਿਹਨੇ ਆਵਾਜ਼ ਉਠਾਈ ਹੈ ਨਸ਼ੇ ਦੇ ਖਿਲਾਫ, ਦੁਕਾਨਾਂ ਦੇ ਖਿਲਾਫ, ਜਿਹੜੇ ਦੁਕਾਨਾਂ ਵਾਲੇ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਇੱਕ ਆਵਾਜ਼ ਉਠਾਈ ਹੈ, ਉਹਨੂੰ ਲੈ ਕੇ ਅੱਜ ਪਰਮਿੰਦਰ ਸਿੰਘ ਝੋਟਾ ਨਾਲ ਅਸੀਂ ਗੱਲਬਾਤ ਕਰਾਂਗੇ। ਕੀ ਕਹਿਣਾ ਉਹਨਾਂ ਦਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਾਰੂ ਖਾਲਸਾ, ਬਾਰੂ ਫਤਿਹ। ਸਾਰੇ ਹਮਦਰਦ ਚੈਨਲ ਦੇਖ ਰਹੇ ਸਰੋਤਿਆਂ ਨੂੰ ਮੇਰੀ ਫਤਿਹ ਪ੍ਰਵਾਨ ਕਰਨਾ। ਬਾਰੂ ਖਾਲਸਾ, ਬਾਰੂ ਫਤਿਹ। ਜਿਸ ਤਰ੍ਹਾਂ ਮਾਨਸਾ ਦੇ ਵਿੱਚ ਤੁਸੀਂ ਆਵਾਜ਼ ਉਠਾਈਏ ਨਸ਼ੇ ਦੇ ਖਿਲਾਫ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ, ਅਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਮਾਨਸਾ ਦੇ ਵਿੱਚ? ਸਾਡੀ ਮਾਨਸਾ 'ਚ ਜੀ ਬਹੁਤ ਮਾੜਾ ਮਾਹੌਲ ਹੈ। ਤੁਸੀਂ ਜਾ ਕੇ ਦੇਖੋ ਜੀ, ਸਵੇਰੇ ਤੋਂ ਲੈ ਕੇ ਸ਼ਾਮ ਤੱਕ ਨਸ਼ਾ ਵਿਕਦਾ, ਖੁੱਲ੍ਹਾ ਨਸ਼ਾ ਵਿਕਦਾ ਹੈ। ਜਿਹੜੇ ਸਾਡੇ ਮਾਨਸਾ ਦਾ ਸਭ ਤੋਂ ਵੱਡਾ ਡਰੱਗ ਮਾਫੀ ਆ, ਉਹਦੇ ਇਕੱਲੇ ਦੇ 14 ਲਾਇਸੈਂਸ ਨੇ ਜੀ। ਡਰੱਗ ਇੰਸਪੈਕਟਰ ਪਿਛਲੇ 4 ਸਾਲਾਂ ਤੋਂ ਇੱਥੇ ਹਾਜ਼ਰ ਹੈ, ਵਿੱਚੋਂ ਦੀ ਮਿਲੀ ਭੁਗਤਾ ਉਹਨੂੰ ਕੋਈ ਸਰਕਾਰ ਨਹੀਂ ਫੜ ਰਹੀ। ਜਿੰਨੇ ਪਹਿਲ 2010 'ਚ ਉਹਨਾਂ ਦੇ ਪਰਚੇ ਪਾਏ ਨੇ, ਸਾਰਾ ਕੁਝ ਮੈਂ ਦੱਸ ਚੁੱਕਿਆ। ਪਹਿਲਾਂ ਗੱਲ ਕਰ, ਇਹ ਚੈਨਲ ਦਾ ਦੇ ਮਾਧਨ ਰਹੀ, ਅੱਜ ਪਹਿਲੀ ਵਾਰ ਦੱਸ ਦਾਂਗਾ ਕਿ ਜਿਹੜੇ ਉਹਨਾਂ 2010 'ਚ ਪਰਚੇ ਪਏ ਨੇ, ਵੱਡੀਆਂ ਹੈਵੀਰ ਕਾਂਡ ਵਾਲੀ ਟਰਾਲੀ ਨਸ਼ਿਆਂ ਦੀ ਫੜੀ ਗਈ ਹੈ। ਉਦੋਂ ਬਾਅਦ ਫਿਰ ਨਸ਼ੇ ਫੜੀ ਗਏ, ਪਿਛਲੀ 30 ਜਨਵਰੀ ਨੂੰ ਅਖਬਾਰ 'ਚ ਖਬਰ ਲੱਗੀ ਹੈ, ਅਜੀਤ 'ਚ ਮੇਰੇ ਕਟਿੰਗ ਪਈ, ਇਹਨਾਂ ਤੋਂ ਗੱਡੀ ਨਸ਼ੇ ਦੀ ਫੜੀ ਗਈ ਹੈ, ਆਪਣੇ ਤਲਵੰਡੀ ਸਾਬੋ ਫੜੀ ਹੈ, ਗੁਰਮਾ ਉਹ ਰਿਟਾਇਰ ਹੋ ਗਿਆ ਜਿਹਨੇ ਫੜੀ ਹੈ ਪੁਲਿਸ ਵਾਲੇ ਨੇ, ਅਤੇ ਉਹ ਤੋਂ ਬਠਿੰਡਿਆ ਡਰੱਗ ਇੰਸਪੈਕਟਰ ਆ ਕੇ ਸਾਰਾ ਕੁਝ ਰਿਕਵਰ ਕਰਕੇ ਲੈ ਗਿਆ, ਕੋਈ ਉਹ 'ਤੇ ਕਾਰਵਾਈ ਨਹੀਂ ਹੋਈ। ਇੱਥੇ ਕਿਸੇ ਗਰੀਬ ਤੋਂ, ਤੁਸੀਂ ਸਾਰੇ ਦੇਖੋ, ਹਰੇਕ ਸ਼ਹਿਰ 'ਚ ਹਰੇਕ ਪਿੰਡ ਜੇਲ੍ਹਾਂ ਕੱਟੀਆਂ ਸੀ, ਮੈਂ ਖੁਦ ਕੱਟੀਆਂ ਜੇਲ੍ਹਾਂ, 3-4 ਸਾਲ ਜੇਲ੍ਹਾਂ ਕੱਟੀਆਂ, 14-15 ਮੈਂ ਲੜਾਈ ਝਗੜੇ ਦੇ ਪਰਚਿਆਂ 'ਚ ਵੀ ਅੰਦਰ ਰਹਾਂਗਾ, ਸ਼ੁਰੂ ਤੋਂ ਲੈ ਕੇ ਅੰਦਰ ਹੁਣ ਤੱਕ। ਅਤੇ ਮੈਂ ਜੇਲ੍ਹਾਂ ਦੇਖਦਾ 1 ਸੀਸੀ ਵਾਲੇ, 2 ਸੀਸੀਆਂ ਵਾਲੇ, ਇੰਨੀ ਕੁ ਗੋਲੀਆਂ ਵਾਲੇ, 10-10 ਸਜ਼ਾ ਕੱਟਦੇ ਨੇ। ਅਤੇ ਸਾਡੀ ਮਾਨਸਾ ਜਿਹੜੇ ਡਰੱਗ, ਇਹਨਾਂ ਤੋਂ ਡਰੱਗ ਦਾ ਗਾੜੀ ਹੈ, ਕਿਸੇ ਨੂੰ ਮਰਜ਼ੀ ਪੁੱਛੋ, ਸਾਡੀ ਮਾਨਸਾ 'ਚੋਂ ਫੋਨ ਕਰਕੇ ਕਿਸੇ ਨੂੰ ਮਰਜ਼ੀ ਪੁੱਛ ਲਓ ਵੀ ਕਿੰਨਾ ਇਹਨਾਂ ਨੇ ਨਸ਼ਾ ਵੇਚਿਆ, ਕਿੰਨੇ ਇਹਨਾਂ 'ਤੇ ਪਰਚੇ ਸੀ, ਇਹਨਾਂ ਨੂੰ ਕਿਸੇ ਸਜ਼ਾ ਨਹੀਂ ਹੋਈ ਜੀ। ਹੋਰ ਇਹਨਾਂ ਕੋਲ ਖੁਦ ਦੇ 14 ਲਾਇਸੈਂਸ ਨੇ ਆਪਦੇ, ਮੈਂ ਕਿਸੇ ਦੇ ਫੈਰ ਮਾਰਦਾ, ਮੇਰੇ 3 ਵੀਡੀਓ ਲਾਇਸੈਂਸ ਨਹੀਂ ਬਣਦਾ ਜੀ। ਅਤੇ ਫਿਰ ਇਹ ਸਰਕਾਰ ਦੀਆਂ ਲੂਪ ਬੋਲੀਆਂ ਨੇ ਜੀ ਕਿ ਇਹਨਾਂ ਦੇ ਲਾਇਸੈਂਸ 'ਤੇ ਲਾਇਸੈਂਸ ਮਰ ਰਹੇ, 14 ਦੁਕਾਨਾਂ ਨੇ। ਬਸ ਸਾਡੇ ਸਾਹਮਣੇ ਤੁਸੀਂ ਪੱਤਰਕਾਰ ਸਾਹਿਬ ਸਵੇਰੇ ਜਾ ਕੇ ਦੇਖੋ ਜੀ, 4:30 ਵਜੇ ਦੁਕਾਨ ਖੁੱਲ੍ਹ ਜਾਂਦੀ ਹੈ। 4:30 ਵਜੇ ਕਿਹੜਾ ਡਾਕਟਰ ਉੱਠਦਾ ਹੈ? ਪਹਿਲੀ ਗੱਲ ਡਾਕਟਰ ਹੈ ਹੀ ਨਹੀਂ ਕੋਈ ਜਿੱਥੇ ਦੁਕਾਨਾਂ ਨੇ। 4:30 ਵਜੇ ਉਹ ਬੱਸਾਂ ਦੇ ਧਰਦੇ ਨੇ, ਪਿੰਡਾਂ ਸ਼ਹਿਰਾਂ 'ਚ ਦੂਰ ਦੂਰ ਤੱਕ ਜ਼ਹਿਰ ਪਹੁੰਚਾ ਰਹੇ ਨੇ। ਉਹੀ ਸਾਲਟ ਹੈ, ਇਹ ਰੈਕਸਕੋਫ, ਕੈਰੀਸੋਲਾਂ, ਸਿਗਨੇਚਰ ਸਭ ਤੋਂ ਮਾੜਾ ਨਸ਼ਾਈ ਸਿਗਨੇਚਰ, ਸਾਡੇ ਮਾਨਸਾ ਜਿਹਨੇ ਮੌਤਾਂ ਹੋਈਆਂ ਸਿਗਨੇਚਰ ਨਾਲ ਹੋਈਆਂ ਨੇ। ਅਤੇ ਚਿੱਟਾ ਵੀ ਇਹੀ ਵਿਕਿਆ ਰਹੇ ਨੇ, ਇੱਕ ਚੂੰਡੀ ਚਿੱਟਾ ਫੜਦੇ ਆ ਆਮ ਬੰਦਿਆਂ ਤੋਂ, ਜਾਂ ਪੀਣ ਖਾਣ ਵਾਲਾ ਤੋਂ, ਪਿੱਛੇ ਰਹਿ ਲਹਿਰ ਚੱਲੀ ਸੀ ਡੋਪ ਟੈਸਟਾਂ ਵਾਲੀ, ਹੈ ਨਾ, ਉਹ 'ਚ ਇੱਕ ਚੂੰਡੀ ਚਿੱਟਾ ਫੜਦੇ ਨੇ ਅਤੇ ਪਾ ਦਿੰਦੇ ਨੇ ਅਗਲੇ 'ਤੇ 28 ਦਿਨਾਂ ਲਈ ਅੰਦਰ ਭੇਜ ਦਿੰਦੇ ਨੇ। ਮੇਨ ਗੜ੍ਹ ਇਹ ਆ, ਜਿਹੜਾ 250 ਗ੍ਰਾਮ ਜਿਹਨਾਂ ਕੋਲ ਚਿੱਟਾ ਹੁੰਦਾ ਹੈਗਾ, ਵੇਚਦਾ ਇਹ ਨੇ ਵੀ ਵੱਡੇ ਮਗਰਮੱਛ ਫੜਨੇ, ਕਦੋਂ ਫੜਨੇ ਆ ਤੁਹਾਡੇ ਸਾਹਮਣੇ, ਸਾਡੇ ਜਵਾਕਾਂ ਦੇ ਕਾਤਲ, ਮੈਂ ਤੁਹਾਨੂੰ ਸਾਰਾ ਕੁਝ ਦੱਸ ਚੁੱਕਿਆ। ਇਹਨਾਂ ਨੱਥ ਪਾਈ ਜਾਵੇ ਅਤੇ ਮੇਰੇ ਸਾਰੇ ਉਹਨਾਂ ਵੀਰਾਂ, ਸਾਰੀਆਂ ਮਾਤਾ ਮਹਾਰੇ ਭੈਣਾਂ ਜਿਨ੍ਹਾਂ ਦੇ ਜਵਾਕ ਪੂਰੇ ਹੋ ਗਏ ਜਾਂ ਭਾਈ ਭੈਣ ਚੱਲ ਗਏ ਨਸ਼ੇ ਦੀ ਕਰ, ਸੰਗੋ ਨਾਲ ਸਾਡੇ ਨਾਲ ਧਰਨਾ ਜੁੜੋ, ਅਸੀਂ 8 ਤਰੀਕ ਨੂੰ ਧਰਨਾ ਲਾਵਾਂਗੇ, ਪੂਰੇ ਵੱਡੇ ਲੈਵਲ 'ਤੇ ਲਾਵਾਂਗੇ। ਸਾਡੇ ਨਾਲ ਆ ਕਾਮਰੇਡ ਜਥੇਬੰਦੀਆਂ, ਕਿਸਾਨ ਯੂਨੀਅਨ ਜਥੇਬੰਦੀਆਂ ਸਾਡਾ ਸਮਰਥਨ ਦਿੱਤਾ ਹੈਗਾ, ਸਾਡੀ ਕਮੇਟੀ ਦੇ ਨਾਲੇ ਖੜਨਗੇ, ਅਸੀਂ ਇਹਨਾਂ ਨੇ ਮੋਢਾ ਜੋੜ ਕੇ ਮੋਢਾ, ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਪਹੁੰਚੋ 6 ਤੋਂ 6 ਇਹ ਧਰਨੇ ਦੀ ਸਾਹ ਤੁਹਾਨੂੰ ਕਾਲ ਦੇਵਾਂਗੇ, ਜਿੱਦੇ ਧਰਨਾ ਤੁਸੀਂ ਰੱਖਣਾ ਹੋਇਆ ਉਹਦੇ ਸਾਡਾ ਸਾਥ ਦਿਓ, ਤੁਹਾਡੇ ਸਾਥ ਦੀ ਲੋੜ ਹੈ। ਮੇਰੇ ਕਿਹੜਾ ਇਕੱਲੇ ਘਰ ਦੀ ਲੜਾਈ ਹੈ, ਮੇਰੇ ਆਪਦੀ ਲੜਾਈ ਤਾਂ ਕੋਈ ਹੈ ਨਹੀਂ ਗੀ, ਮੈਂ ਤਾਂ 36 ਸਾਲ ਤੱਕ ਆਪਣੀ ਆਪਦੇ ਸ਼ਹਿਰ ਲਈ ਸਭ ਤੋਂ ਵੱਧ ਮੈਡਲ ਲੈ ਕੇ ਆਇਆ ਹੋਇਆ ਬੌਕਸਿੰਗ 'ਚ, ਆਲ ਇੰਡੀਆ ਇੰਟਰਵਾਸਟੀ ਖੇਡਾਂ ਮੇਰੇ ਨਾਲ ਦੇ ਚੰਗੇ ਪੋਸਟਾਂ 'ਤੇ ਗਾਸ਼ਡ ਹਾਊਸ ਬਿੰਗਾਂ 'ਚ ਮੈਂ ਰਿਹਾਗਾ, ਸਾਰਾ ਕੁਝ ਮੈਨੂੰ ਇੰਟਰ ਕਾਲਜ ਕ੍ਰਿਕਟ ਮੈਂ ਚੰਗੇ ਲੈਵਲ ਦੇ ਖੇਡ ਲਿਆ। ਅਰਸ਼ਦੀਪ ਇੰਡੀਅਨ ਕ੍ਰਿਕਟਰ ਮੇਰੇ ਨਾਲ ਖੇਡ ਕੇ ਗਿਆ ਮੇਰੀ ਕਪਤਾਨੀ 'ਚ ਮਾਨਸਾ, ਉਰੇ ਅਰਸ਼ਦੀਪ ਜਿਹੜਾ ਅੱਜ IPL ਖੇਡ ਰਿਹਾ, ਹੋਰ ਆਯੂਸ਼ ਬਦੋਨੀ ਵਰਗੇ ਉਹ ਸਾਡੇ ਖੇਡ ਕੇ ਗਏ ਨੇ, ਕਈ ਨਾਮੀ ਪਲੇਅਰ ਜਿਹੜਾ IPL ਖੇਡ ਰਹੇ ਨੇ ਜੀ। ਕੀ ਇਹੋ ਜਿਹਾ ਤੁਹਾਡੇ ਮਨ ਦੇ ਵਿੱਚ ਆਇਆ ਵੀ ਹੁਣ ਨਸ਼ੇ ਦੇ ਖਿਲਾਫ ਤੁਸੀਂ ਆਵਾਜ਼ ਉਠਾਈ ਆ, ਪਹਿਲਾਂ ਨਸ਼ਾ ਤੁਸੀਂ ਕਰਦੇ ਰਹੇ ਹੋ ਖੁਦ, ਅਤੇ ਹੁਣ ਇਹੋ ਜਿਹਾ ਕੀ ਤੁਹਾਨੂੰ ਲੱਗਿਆ ਵੀ ਨਸ਼ੇ ਦੇ ਖਿਲਾਫ, ਅਤੇ ਕੌਣ ਲੋਕ ਨੇ ਜਿਹੜਾ ਮਾਨਸਾ ਦੇ ਵਿੱਚ ਨਸ਼ਾ ਵੇਚਦੇ ਨੇ? ਮੈਂ 36 ਸਾਲਾਂ ਤੱਕ ਕੋਈ ਨਸ਼ਾ ਨਹੀਂ ਕਰਾਈ, 36 ਸਾਲ ਤੱਕ ਜਦੋਂ ਤੱਕ ਮੈਂ ਖੇਡਦਾ ਰਿਹਾ। ਪਿਛਲੇ 2 ਸਾਲਾਂ ਜਦੋਂ ਸਾਡੇ ਮਾਨਸਾ ਬੱਚਾ ਨਸ਼ਿਆਂ ਨਾਲ ਗ੍ਰਸਤ ਹੋ ਗਿਆ, ਮੇਰੇ ਨਾਲ ਮੋਟਰਸਾਈਕਲ 'ਤੇ ਬਹਿਣ ਵਾਲਾ, ਮੇਰੇ ਨਾਲ ਗਰਾਊਂਡ 'ਚ ਜਾਣ ਵਾਲਾ, ਮੈਨੂੰ ਘਰੇ ਬਾਹਰ ਮਿਲਣ ਵਾਲਾ, ਤਾਂ ਮੈਂ ਵੀ ਤਾਂ ਸਵਾਦ ਚੱਕ ਕੇ ਦੇਖ ਲਿਆ, ਵਧੀਆ ਹੋਇਆ ਜੀ। ਜੇ ਮੈਂ ਗਰਾਊਂਡ 'ਚ ਜਾਂਦਾ ਰਹਿੰਦਾ, ਖਬਰੇ ਕੋਈ ਆਵਾਜ਼ ਹੀ ਨਾ ਉਠਾਉਂਦਾ, ਡਰਦਾ ਇਹਨਾਂ ਤੋਂ, ਕਿਉਂ ਜਿਹੜਾ ਇਹਨਾਂ ਖਿਲਾਫ ਆਵਾਜ਼ ਉਠਾਉਂਦਾ, ਇਹਨਾਂ ਨੇ ਉਹ ਮਾਰਿਆ ਕੁੱਟਿਆ, ਜਾਂ ਜਦੋਂ ਉਹਨਾਂ ਨੇ SHO 2010 'ਚ ਮੈਂ ਉਹਨੂੰ ਵੀ ਲੈ ਕੇ ਆਊਂ ਸਾਹਮਣੇ, ਸੁਖਦਰਸ਼ਨ ਸਿੰਘ ਹੈ ਉਹਦਾ ਮੁੰਡਾ,
आप बरी हो गए जिन्होंने फड़िया देखो जिन्हों सरकार ने ड्यूटी लाई उन्होंने परचे पवाते उन्होंने सजावं करती आ वकील साहब वो केस च वकील से तो जिन्होंने ट्राली तशरीफ पढ़ी एक बार नहीं दो बार उस आपकी काली भेड़ सी मैं जितों पता लग्या कोई मंगत राम जोगे ना इंस्पैक्टर जी ने उन्हें वह काली भेड़ा हरेक महकमे होंदियां ने असं सारी पुलिस मह पुलिस माड़ा नहीं कहते पुलिस वाले फड़े ने यह ड्रग इंस्पैक्टर चाहता कल उन्हें एक दुकान सीज करी है कोई छोटी दुकान जो मैं गरीब दुका गरीब थोड़ा मैं वो फोटो भी भेज दूंगा जी छोटी परचून है हालांकि मेन बड़ी दुकान जोड़ा बड़ा डग है इतने सप्लाई हों थ थान उन्होंने फड़े नहीं है जी पुलिस को कहीं गल की इस बारे पुलिस को पता ही नहीं पुलिस के सामने बिक रहा है पुलिस वाले सामने वो कह रहा है एक थप्पड़ के वीडियो देखो ना प्रेमी के सामने पुलिस वाले तो दुकान च नहीं बढ़ देंगे एक लेडी कांस्टेबल ने लप्पड़ मारेगा आप दुकान च बिठा के सारा थाना उत्थे जाके समझौता करके आएगा होर पुलिस वाले की क्या पुलिस वालों सारा कुछ पता है मैं गया पुलिस को पुलिस ने मैंने बुलाया पहले दिन मैंने उत्थे बिठा लिया मैं बंदे दो चार मेरे नाल गए सपोर्ट से इन्होंने भी मेरे नाल ही बिठा लिया उत्थे पहले दिन आके तुम ना बोल झोटे बड़ा वाला काम है तेरी दुश्मनी का काम है तैनू मरवा देंगे ऐं कर देंगे मरवा देंगे जिते मरवाना मैं तैयार है मेरे बच्चे भी मरवा दो दो बच्चे ने नशे नाल भी मरन हम मर जाएंगे चंगी गल है आम आदमी पार्टी की सरकार बहुत बड़े मार्जन नाल पंजाब दे विच आई सी उन्होंने कहा सी भी नशा भगवंत मान ने कहा सी भी नशा खत्म कर देंगे होया नशा खत्म नशा तो जी देखो अकालिया ने भी खत्म कराया अकालिया तो लिया है ये तो कोई शक नहीं बेअदबियां कराइया ने कल लोग ऐ कह देंगे अकालिया का बंदा जो मैं आम आदमी के खिलाफ बोलूँगा कांग्रेस वाला रूशा मंग रही तुरै फिर जी सीता फल लै मंगता पता नहीं की कितों बीजेपी बग गया जी पार्टी जाना वो वह कर दिता तय नैश कर अमरिंदर सिंह ने गुटका साहब फटके सहु भी खाधी सी हाँ सुनता लो जी तो उस बाद अपने भगवंत मान साहब आए इन्होंने पिछे तुरे इस राज खबर पहुँचाओ अगे जाके 16 दुकाना नवीं खुलियां ने जी ये साढ़े मानसा च 16 दुकाना नवीं खुलियां ने इन्हों कार्रवाई करूगा तो असी जय जयकार करा नहीं फिर उ जिमें कह दिता मैं जी रजट्टा बेदम जी रजट सू भी मजबूर होना पू जी इल्जाम लाना सौखा ना किसी असी किमें कह दी भी यह भगवंत मान क्यों दिता साडा लोकल लैवल बकया रहा इतने थलों का लोकल जो लोकल बाडी आ सिस्टम है इतों का जोड़े उन्होंने मिले ने ड्रग इंस्पैक्टर मिले ने या प्रशासन मिलेगा हूँ प्रशासन को पता है सारिया दुकान के सामने पुलिस वाले ड्यूटी उन्होंने सामने देखता वो आप लैके खुद खाते हैं पुलिस वाले मैं थोड़ा मिला देने इन्हें खाते लैके सिग्नेचर मेरे को घर आ दसते हैं सीसियाँ सारा कुछ लेंदे या कोई 500 ला लेंदा 1000 ला लेंदा एक दो इन्हां दी पालतू भेड़ां जिहड़ियां फीतियां लवा गईयां जवाक इन्हां दुकानां तों 10 सीसियां लैके जवाक निकल दो सीसियां यह फोन करदे फलाणा दा जवाक सीसियां लैके फड़ गया उहनूं फड़ लैंदे 10 साल दी सज़ा गरीब जवाक उह ते गोलियां कुट के पांदे ने दुकान तों गोलियां आउंदियां सी इन्हां तों कोई सज़ा नहीं होई इन्ने परचियां च घट्टो घट 7-8 ने ते परचे ने ते जी साडे ते वी परचे ने कल कल लड़ाई झगड़िआं दे कोई साढ़े तो नशे का परचा नहीं हाँ एक अद्धा जो हो सकता साढ़े खाण पीन का होगा वह तो पैण लास्ट जमा अखीर से 2003 के परचे पैन लगे 2022 जो भगवंत मान साहब की सरकार आई है या उदू पहला डोप टैसट होए ने जी हूँ लसेंस बनाने वाले वो भी पीते खाते हैं जो अभी आर्बन वाले भी सू गोलियां जी वाली मिलने लग जाएंगी देखो साढ़े नाल वकील साहब भी ने गे जिहड़े इत्थों दे मानसा दे वकील ने उगे वकील ने उन्हां नाल भी गल करदे आ की कहना उन्हां दा सति श्री अकाल जी जिस तरह मानसा दे विच ड्रग इंस्पैक्टर भी ने गे पुलिस भी हैगी क्यों नहीं कार्रवाई हो रही एक्चुअल की है ना मनोज जी इत्थे प्रशासन दे जिहड़ा प्रशासन हैगा वो इस माड़े अंतरां दी सपोर्ट करदा तुसीं देखो भी जिस तरह परमिंदर ने पिछले हफ्ते की गल 5-4 दिन की गल जो वीडियो वायरल की है उहदे विच इन्हें स्पैसीफिक एक शीशी नशे वाली कैप्सूल ते टैबलेट्स वगैरह दिखाईया ने वो इतों वड्डा प्रूफ की होगा प्रशासन कह रहा सानू लिखती रूप दे विच दिओ असी परचा दर्ज करांगे पर जो तो सारा कुछ वीडियो दे विच आ गया उहदी दुकान आ गई दुकान दे काउंटर आ गए बंदा सामने आ गया बंदे ने गल कहती भी मैं तां बेचूंगा जो मर्जी कर लो इस तों वड्डा एविडेंस पुलिस नूं होर की चाहीदा सी सब तो पहली गल तो असं ये बेनती करते हैं कि जिहड़ा ड्रग इंस्पैक्टर आ वो तकरीबन 3-4 साल तो लगातार इत्थे रह रहा है इत्थे पोस्टड है क्यों नहीं यह जिहड़ा साडा प्रशासन उन्हें नोटिस दिंदा भी तेरे इत्थे इस एरिए दे विच की बिक रहा जां जिहड़ियां उह गोलियां सी जिहड़ियां शीशियां सी उह कैप्सूल सीगे क्यों नहीं सरकार ने एक प्रशासन ने कब्जे विच लैके उन्हां नूं चैक करवाया उहदी रिपोर्ट तों बाद इन्हां दा परचा दर्ज किया यह शरेआम बिक रहा है एक्चुअल की आ इन्हां दे महीने बन्ने होए ने जी जिहड़े ये लोग ने इन्हां दियां वड्डी वड्डी जिहड़ी मैनुफैक्चरिंग कंपनियां ने हुण सिस्टम यह हुण तुसीं दिल्ली जाओगे तुहानूं पता लगेगा लोगों ने घरें मशीनां लाईआं होईआं बनाउण वालीआं ये उन्हां नूं साल्ट प्रोवाइड कर देंदे ने वो बना के इन्हां नूं मैनुफैक्चरिंग करके इन्हां नूं भेज देंदे ने एक्चुअल जे यही कंपनियां दे मालक ने यही मैनुफैक्चरिंग करदे ने यही उन्हां नूं बेचदे ने वड्डे पद्धर ते ये हो सकता ये जिहड़े हुण पिछे कह रहे ने भी असीं यही नहीं बेचदे दो गोलियां नहीं बेचदे चार नहीं बेचदे ये वड्डे लैवल ते साडा शहर तां ये भी रौला पा रहा है भी इन्हां ने नाल दे पिंडां दे विच कोठियां लईआं होईआं ने उत्थे इन्हां दे ट्रकां दे ट्रक खड़े ने एक्चुअली की है जे इसकी कोई ऑनेस्ट परसन या ऑनेस्ट ऑफिसर जिम्मे हम साढ़े नानक सिंह जी एस एस पी साहब आए हैं तो वो अच्छे बंदे ने इमानदार ने जिन्हें उन्होंने बारे सुने गया वो असं उन्होंने यही रिक्वेस्ट करते हैं भी वो आपके लैवल से आपकी एक ऑनेस्ट टीम बना के यदि जाँच कर क्योंकि
पुलिस भी इन्हों तो पीड़ित आ गुरदर्श सिंह इंस्पैक्टर जादविंदर सिंह सब इंस्पैक्टर अजैब सिंह हौलदार से उन्होंने बकायदा 7-7 साल की कैद हुई है उस केस के भी उन्होंने इन्हों रेड किया। हाँ ठीक है, टैक्नीकल इशू होंगे ने कोर्टा ने जो एविडेंस प्रूव ना हो तो उन्होंने बरी भी करना पैंता सजा भी करना पैंता उस गलते असं कोई टिप्पणी नहीं करा परंतु इस प्रशासन के पूरी मेलजोल है जो भी आंसर ने यह माड़े आंसरों असं एक बेनती होर करते हैं। इन्होंने कल परसों एक कैमिस्ट जो प्रधान ने उन्होंने एक प्रैस कॉन्फ्रेंस की उन्होंने गल कही उन्होंने असं उन्होंने बेनती करते हैं भी तुम माड़े आंसर साथ क्यों देंगे हो इस फिर जो एलीगेशन लग गए भी तुम छोटा एक बंदा बेचा तुम आपकी जी थोड़ी एसोसीएशन वो कट कट दो जोड़ा बंदा गलत काम करता है वह गलत साथ क्यों देने इस करके साथ प्रशासन को बेनती है भी हजे तो यह मसला मानसा मानसा के इसमें असं पंजाब लैवल से जावे जिमें सू बुढ़ा दल जी समर्थन आ गया सूँ अच्छे कामरेड एसोसीएशन का समर्थन आ गया CPI CPML का समर्थन आ गया साडे नौजवान नेहरू कॉलेज है साडा उतों के जोड़े ओल्ड स्टूडेंट एसोसीएशन उन्होंने भी साड़ी समर्थन आ गया मैं भी प्रेजिडेंट रहा गया इस करके डे बाय डे जोड़ा यह संघर्ष बहुत बड़ा हो जाएगा फिर सरकार के गल की हड्डी बन जूगी इन्हों परचा देना भी तुम परचा दर्ज तो करनी है बंदे तो फड़नी ने भी हुण क्यों नहीं करते जरूरी तुम्हें पहले छित्र खा के काम करना है इस करके सबन हंबल रिक्वेस्ट एक बार का नहीं फिर हम साढ़े ना डे बाय डे सा काफिला बधी जाता है तो फिर कि ना हो भी असं उन्होंने बार चे आ गए भाई जी धरना दे दिए तो साढ़े खिलाफ़ भी सरकार परचे दर्ज करूगी उन्होंने खिलाफ़ भी परचे दर्ज करूगी ला एंड ऑर्डर की स्थिति बना के रखना सरकार की जिम्मेवारी है इस करके यह जहाँ काम ना करो भी सू सड़क से आना पैजे जिस तरह देखो एक पीड़ित नौजवान ने दसिया गा भी वो जी उन्हें एक वीडियो वायरल की सोशल मीडिया के उत्ते उस तो बाद ही लोग हरकत दे विच आए तो काफ़ी लोग इस परमिंदर सिंह झोटा जिहड़ा मानसा का नौजवान हैगा पहला नशे नाल पीड़ित भी सीगा ते हुण ओह नशा छड़ चुक्या हैगा उहदे नाल काफ़ी लोग उहदे नाल तुर पए ने ते इत्थों दे जिहड़ियां जथेबंदियां ने वह भी उहदे नाल तुर पईआं ने ते वकील साहब ने दस्सिया गा भी जिहड़े इत्थों दीआं दुकानां नेगीआं 27 दे करीब इत्थे दुकानां नेगीआं जिहड़ियां नशा बेचदीआं ने ते सरकार नूं भी चाहीदा हैगा ते असीं चैनल दे माध्यम राहीं भी असीं आपदे चैनल दी तरफ तों भी अपील करदे हां भी सरकार नूं चाहीदा है भी जिहड़े लोग नशे दा काम करदे ने उहनां नूं नत्थ पाई जावे तां जो इह पंजाब दी जवानी नूं बचाया जा सके। कैमरामैन पवन दे नाल संजीव लक्की हमदर टीवी मानसा।